ਅੰਮ੍ਰਿਤਸਰ ਰਾਜਸਥਾਨ ਨੈਸ਼ਨਲ ਹਾਈਵੇ ਤੇ ਪੈਂਦੇ ਸੋਖੀ ਰਿਜ਼ੋਰਟ ਦੇ ਨਜ਼ਦੀਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਇੱਕ ਰਿਕਸ਼ਾ ਚਾਲਕ ਨੂੰ ਦਰੜ ਦਿੱਤਾ, ਜਿਸ ਕਾਰਨ ਰਿਕਸ਼ਾ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਿਕਸ਼ਾ ਚਾਲਕ ਵਿਕਰਮਜੀਤ ਸਿੰਘ, ਉਮਰ 35 ਸਾਲ, ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਦਾ ਰਹਿਣ ਵਾਲਾ ਸੀ ਅਤੇ ਘਰ ਦਾ ਗੁਜ਼ਾਰਾ ਉਸਦੇ ਸਿਰ ਤੋਂ ਹੀ ਚੱਲਦਾ ਸੀ। ਰੋਜ਼ਾਨਾ ਦੀ ਤਰ੍ਹਾਂ ਜਦੋਂ ਰਿਕਸ਼ੇ 'ਤੇ ਸਵਾਰੀ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਟਰੈਕਟਰ ਟਰਾਲੀ ਦੇ ਚਾਲਕ ਨੇ ਉਸਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਵਿਕਰਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਂ ਹੈ, ਮੇਰਾ ਬ੍ਰਦਰ ਹੈ, ਮੇਰੇ ਤੋਂ ਛੋਟਾ ਹੈ, ਕੰਮ ਰਿਕਸ਼ਾ ਹੀ ਚਲਾਉਂਦਾ, ਹੋਰ ਕੋਈ ਕੰਮ ਨਹੀਂ। ਉਹ ਕਮਾਉਣ ਵਾਲਾ ਵੀ ਸਾਡੇ ਘਰ ਇਹੀ ਆ। ਐਕਸੀਡੈਂਟ ਟਰਾਲੀ ਵਾਲਾ ਟਰਾਲੀ ਮਾਰ ਕੇ ਸੁੱਟ ਗਿਆ ਹੈ ਉਹ। ਹਾਏ ਰੱਬਾ, ਸਾਡੇ ਘਰ ਉਹ ਕਮਾਉਣ ਵਾਲਾ, ਸਾਡੇ ਡੈਡੀ ਦੀ ਵੀ ਦੱਤ ਹੋ ਗਈ ਆ। 6 ਮਹੀਨੇ ਡੈਡੀ ਨੂੰ, 6 ਮਹੀਨੇ ਹੋਏ ਡੈਡੀ ਦੀ ਦੱਤ ਹੋਈ ਨੂੰ। ਸਾਡੇ ਮੰਮੀ ਹਾਰ ਦੇ ਮਰੀਜ਼ ਆ, ਬੜੇ ਚਿਰ ਬਾਅਦ ਮਹਾਰਾਜ ਨੇ ਦਿੱਤੀ। 13 ਸਾਲਾਂ ਬਾਅਦ ਗੁੜੀਆ ਮੈਰਿਜ ਹੋਇਆ, ਮੈਰਿਜ ਆ, 13 ਸਾਲਾਂ ਬਾਅਦ। ਸਾਨੂੰ ਇਨਸਾਫ ਚਾਹੀਦਾ, ਕੀ ਮੰਗ ਕਰਨੀ ਹੋਈ ਰੱਬਾ। ਟਰੈਕਟਰ ਨੂੰ ਮਨਦੀਪ ਸਿੰਘ ਵਾਸੀ ਕਗੜੇ ਵਾਲਾ ਚਲਾ ਰਿਹਾ ਸੀਗਾ ਅਤੇ ਜਿਹਨੇ ਪਿੱਛੋਂ ਲਿਆ ਕੇ ਅਤੇ ਜਿਹੜਾ ਵਾ ਤੇਜ਼ ਰਫ਼ਤਾਰ 'ਚ ਲਿਆ ਕੇ ਅਤੇ ਇਹਦੇ ਰਿਕਸ਼ੇ 'ਚ ਮਾਰਿਆ, ਅਤੇ ਉਹਦੇ ਨਾਲ ਟਾਇਰ ਜਿਹੜਾ ਵਾ ਟਰੈਕਟਰ ਦਾ ਟਰਾਲੇ ਟਾਇਰ ਦੇ ਪਿੱਛੇ ਬਿਲਕੁਲ ਲੰਘ ਗਿਆ, ਜਿਸ ਨਾਲ ਉਹਦੀ ਮੌਕੇ 'ਤੇ ਵਿਕਰਮਜੀਤ ਸਿੰਘ ਦੀ ਮੌਤ ਹੋ ਗਈ। ਇਸ ਸੰਬੰਧੀ ਆਪਾਂ ਮੁਕੱਦਮਾ ਦਰਜ ਕਰਕੇ ਜਿਹੜੀ ਆ ਤਫਤੀਸ਼ ਜਿਹੜੀ ਹੈਗਾ ਉਹ ਅੰਮ੍ਰਿਤਸਰ ਐਕਸੀਡੈਂਟ ਕੇਸ ਹੈ ਜੀ। 304 ਨਿਸ਼ਾਨ ਸਹੋਟਾ, ਦਿਵਯ ਪੰਜਾਬ ਟੀਵੀ, ਤਰਨ ਤਾਰਨ।